ਨੈਸ਼ਨਲ ਇੰਟੀਗ੍ਰੇਟਡ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਅੱਜ ਇੱਕ ਪੰਜਾਬ ਪੱਧਰੀ ਮੀਟਿੰਗ ਰੱਖੀ ਗਈ ਹੈ ਭਵਾਨੀਗੜ੍ਹ ਦੇ ਵਿੱਚ। ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀਆਂ ਰੈਬਰ ਇੰਸਟੀਟਿਊਟ ਭਵਾਨੀਗੜ੍ਹ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਪਹਿਲਾਂ ਤਾਂ ਮਹਿਮਾਨਾਂ ਦਾ ਸਵਾਗਤ ਕੀਤਾ ਜਾ ਰਿਹਾ, ਤਾਂ ਪੰਜਾਬ ਪੱਧਰੀ ਕਈ ਵੱਡੇ ਡਾਕਟਰ ਵੀ ਜਿਹੜੇ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਤਾਂ MS ਖਾਨ ਵੀ ਨਜ਼ਰ ਆ ਰਹੇ ਨੇ। ਤਾਂ ਰੈਬਰ ਇੰਸਟੀਟਿਊਟ ਦੇ ਵਿੱਚ ਪੰਜਾਬ ਪੱਧਰੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਦੇ ਵੱਖ ਵੱਖ ਡਾਕਟਰ ਪਹੁੰਚੇ ਨੇ। ਤਾਂ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸੈਂਟਰ ਦੇ ਜਿਹੜੇ ਪਰਵਿੰਦਰ ਬਜਾਜ ਨੇ, ਤਾਂ ਐਗਜ਼ੀਕਿਊਟਿਵ ਤੁਹਾਨੂੰ ਦੱਸ ਦਈਏ ਪ੍ਰੈਜ਼ੀਡੈਂਟ ਨੇ, ਤਾਂ ਉਹ ਵੀ ਪਹੁੰਚੇ ਨੇ। ਤਾਂ ਅਨਿਲ ਨਾਗਰਥ ਵੀ ਜਨਰਲ ਸੈਕਟਰੀ ਪਹੁੰਚੇ ਨੇ, ਤਾਂ ਡਾਕਟਰ ਨਿਪੁਲ ਖੱਖਰ ਜਿਹੜੇ ਟ੍ਰੇਜ਼ਰ ਨੇ, ਤਾਂ ਉਹ ਵੀ ਪਹੁੰਚੇ ਨੇ। ਤਸਵੀਰਾਂ ਦੇਖ ਸਕਦੇ ਹੋ ਸਟੇਜ ਦੀਆਂ, ਤਾਂ ਪੰਜਾਬ ਪੱਧਰੀ ਜਿੰਨੇ ਵੀ ਡਾਕਟਰਾਂ ਨੂੰ ਅਸੀਂ ਕਹਿ ਸਕਦੇ ਹਾਂ ਤਾਂ ਆਯੁਰਵੈਦਿਕ ਦੇ ਨਾਲ ਤਾਲੁਕ ਰੱਖਦੇ ਡਾਕਟਰ ਜਿਹੜੇ ਇੱਥੇ ਪਹੁੰਚੇ ਨੇ, ਤੇ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਤਾਂ ਮੀਟਿੰਗ ਦੀ ਤਸਵੀਰ ਹੈ ਤੁਹਾਨੂੰ ਦਿਖਾ ਦਿੰਦੇ ਹਾਂ। ਤਾਂ ਅਖੀਰ ਜਿਹੜੀ ਮੁੱਖ ਮੰਗਾਂ ਨੂੰ ਲੈ ਕੇ ਜਾਂ ਫਿਰ ਖਾਸ ਤੌਰ ਤੇ ਕੀ ਮੀਟਿੰਗ ਦੇ ਵਿੱਚ ਚਰਚਾ ਹੋਣੀ ਹੈ, ਕੀ ਡਾਕਟਰਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ, ਉਹਨੂੰ ਲੈ ਕੇ ਗੱਲਬਾਤ ਹੋਈ ਹੈ, ਤਾਂ ਤੁਹਾਨੂੰ ਉਹੀ ਸੁਣਾਉਂਦੇ ਹਾਂ। ਇਹ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਸਟੇਟ ਪੰਜਾਬ ਦੀ ਮੀਟਿੰਗ ਯਹਾਂ ਪੇ ਐਗਜ਼ੀਕਿਊਟਿਵ ਮੀਟਿੰਗ ਹੋ ਰਹੀ ਹੈ। और पूरे पंजाब के जो आयुष डॉक्टर्स हैं उनके एक एसोसिएशन है नीमा, उसके डेजिग्नेटरी यहाँ पे आए हुए हैं आज। उसके साथ साथ हमारे सेंट्रल काउंसिल ऑफ नेशनल काउंसिल ऑफ इंडियन मेडिसिन उसके प्रेसिडेंट हैं रजिस्ट्रार साहब गुरु रविदास आयुर्वेद यूनिवर्सिटी के होशियारपुर से, वो रजिस्ट्रार साहब हैं, और सभी लोग आए हैं यहाँ पर। मीटिंग का मेन मुद्दा तो यही है कि भाई हम अपने प्रदेश को ये है किस तरह से अच्छी सेवा दे सकें, जो गरीब लोग हैं उनकी अच्छी कम कीमत पे अच्छी उनको ये ट्रीटमेंट प्रोवाइड करा सकें, और जो अपना ये आयुर्वेदिक सिस्टम है इसको डेवलप करें। उपराला हो रहा है, गवर्नमेंट की तरफ से भी हो रहा है, हमारी जो एसोसिएशन है नीमा इसकी तरफ से भी हो रहा है, और भूलते नहीं जा रहे लोग, अपनाते जा रहे हैं इसको। अब ये बढ़ता जा रहा है दिन पर दिन आयुर्वेद का जो प्रोजेक्ट है, क्योंकि ये इसकी जो दवाइयाँ हैं बहुत इफेक्टिव हैं, साइड इफेक्ट लेस हैं और बहुत सस्ती हैं। हाँ, ये है कि अपनी जो ट्रेडिशनल दवाइयाँ हैं, हिंदुस्तान की दवाइयाँ हैं, अपने इलाके की दवाइयाँ हैं, अपने इलाके में पैदा होती हैं, उनको अपनाएँ और स्वस्थ रहें, देसी दवाइयाँ अपनाएं और स्वस्थ रहें। मेरा नाम वैद्य राकेश शर्मा है, मैं नेशनल कमीशन फॉर इंडियन सिस्टम ऑफ मेडिसिन बोर्ड ऑफ एथिक्स रजिस्ट्रेशन का प्रेसिडेंट है। भारत सरकार का ही कमीशन है और मैं जिते नेशनल साड़ी जड़ी इंटीग्रेटेड एसोसिएशन है आयुर्वेदा यूनानी दी उदी एग्जीक्यूटिव कमेटी दी मेंबर अटेंड कर मैं दी मीटिंग अटेंड कर आया हूँ। ਅਗਰ ਸਰ ਗੱਲ ਕਰੀਏ ਰਾਈਟ ਦੀ, ਜਿਵੇਂ ਡਾਕਟਰਾਂ ਦੇ ਰਾਈਟ ਆਪਣੇ ਕੀ ਬਣਦੇ ਨੇ, ਅਸੀਂ ਦੇਖਦੇ ਵੀ ਬਹੁਤ ਲੋਕਾਂ ਦੇ ਗੁਣਾਂ 'ਚ ਡਰ ਭੋ ਬਣਿਆ ਰਹੇ, ਕੀ ਰਾਈਟ ਹੋਣੀ ਚਾਹੀਦੀ ਨੇ ਡਾਕਟਰ ਦੀ ਜਿਹੜੀ ਸਿਸਟਮ? ਦੇਖੀਏ, ਸਾਡਾ ਜਿਹੜਾ ਡਾਕਟਰਸ ਦੇ ਰਾਈਟ ਸੰਬੰਧੀ ਰੈਗੂਲੇਸ਼ਨ ਹੈ ਉਹ 2023 'ਚ ਵਾਪਸ ਪਬਲਿਸ਼ ਹੋਇਆ, ਇਹਦੇ ਤੋਂ ਪਹਿਲਾਂ 1982 'ਚ ਪਬਲਿਸ਼ ਹੋਇਆ ਸੀਗਾ। ਇਹਦੇ 'ਚ ਸਭ ਤੋਂ ਪਹਿਲਾਂ ਜਿਹੜਾ ਰਾਈਟ ਹੈ ਸਾਡੇ ਜਿਹੜੇ ਸਾਰੇ ਆਯੁਰਵੇਦ ਦੇ ਔਰ ਯੂਨਾਨੀ ਦੇ ਔਰ ਸਿੱਧਾ ਦੇ ਔਰ ਸੋਗਾ ਰਿਪਾ ਦੇ ਇੰਡੀਅਨ ਸਿਸਟਮ ਔਫ ਮੈਡੀਸਨ ਦੇ ਜਿੰਨੇ ਵੀ ਗ੍ਰੈਜੂਏਟ ਹੈ ਉਹ ਆਪਣੇ ਆਪ ਨੂੰ ਡਾਕਟਰ ਸ਼ਬਦ ਨਾਲ ਡਾਕਟਰ ਲਿਖ ਸਕਦੇ ਹੈ। ਇਹ ਸਾਡੇ ਰੈਗੂਲੇਸ਼ਨ ਨੇ ਪਾਵਰ ਦਿੱਤੀ ਹੈ। ਇਸ ਤੋਂ ਪਹਿਲਾਂ ਜਿਹੜੀ ਪਾਵਰ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰੀ ਨੇ 2003 'ਚ ਨੋਟੀਫਿਕੇਸ਼ਨ ਰਾਹੀਂ ਜਿਹੜੀ ਹੈ ਇਹ ਪਾਵਰ ਦਿੱਤੀ, ਨਹੀਂ ਤਾਂ ਸਾਡੇ ਆਯੁਰਵੈਦਿਕ ਡਾਕਟਰਾਂ ਨੂੰ ਜਾਂ ਯੂਨਾਨੀ ਡਾਕਟਰਾਂ ਨੂੰ ਵੀ ਡਾਕਟਰ ਨਹੀਂ ਲਿਖ ਸਕਦੇ, ਇਹ ਵੀ ਇਸ਼ੂ ਬਣਦਾ ਹੈ। ਉਹ ਬਿਲਕੁਲ ਇਸ਼ੂ ਖਤਮ ਹੋ ਗਿਆ।
ਨੰਬਰ 2 ਸਾਡਾ ਜਿਹੜਾ ਸਿਲੇਬਸ ਹੈ, ਸਾਡਾ ਜਿਹੜਾ ਕੈਰੀਕੁਲਮ ਹੈ, ਉਸ ਕੈਰੀਕੁਲਮ 'ਚ ਜੋ ਕੁਛ ਬੱਚਾ ਪੜ੍ਹਦਾ ਹੈ ਗ੍ਰੈਜੂਏਟ ਡਾਕਟਰ ਬਣਨ ਵਾਸਤੇ, ਜੋ ਵੀ ਪੜ੍ਹਾਈ ਕਰਦਾ ਹੈ, ਜੇ ਉਹ ਕੋਈ ਆਪਰੇਸ਼ਨ ਜਿਵੇਂ ਐਨੋਰੈਕਟਲ ਆਪਰੇਸ਼ਨ ਹੈ ਜਾਂ ਸਿੰਪਲ ਡਿਲੀਵਰੀ ਕਰਾਉਣੀ ਹੈ, ਤਾਂ ਇਸ ਤਰ੍ਹਾਂ ਦੀ ਉਹ ਸਾਰੀ ਕਾਰਗੁਜ਼ਾਰੀ ਜਿਹੜਾ ਹੈ ਆਪਣੀ ਡਿਸਪੈਂਸਰੀ ਆਪਣੇ ਹੋਸਪਿਟਲ ਖੋਲ੍ਹ ਕੇ ਉਹ ਕਰ ਸਕਦਾ ਹੈ। ਔਰ ਜਿਹੜੀ ਚੀਜ਼ਾਂ ਦੀ ਟ੍ਰੇਨਿੰਗ ਲਿੱਤੀ ਹੈ ਉਹ ਸਾਰੀ ਟ੍ਰੇਨਿੰਗ ਨੂੰ ਜੋ ਹੈ ਆਪਣੀ ਪ੍ਰੈਕਟਿਸ ਇੰਪਲੀਮੈਂਟ ਕਰ ਸਕਦਾ ਹੈ। ਔਰ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ, MD ਕਰਨ ਤੋਂ ਬਾਅਦ, ਆਯੁਰਵੇਦ ਯੂਨਾਨੀ ਦੋਨਾਂ 'ਚ ਸਪੈਸ਼ਲਾਈਜੇਸ਼ਨ ਹੈ, ਜਿਹੜੀ ਸਬਜੈਕਟ ਵੀ MD ਕਰੇਗਾ ਉਹਦੀ ਵੀ ਉਹ ਪ੍ਰੈਕਟਿਸ ਜਿਹੜੀ ਹੈ ਕਰ ਸਕਦਾ ਹੈ। ਭਾਰਤ ਸਰਕਾਰ, ਆਯੁਸ਼ ਮੰਤਰਾਲੇ ਜਾਂ ਸਾਡੀ ਜਿਹੜੀ ਭੂਤਪੂਰਵ CCM ਹੈ, ਉਹਨੇ 58 ਸਰਜਰੀ ਕਰਨ ਵਾਸਤੇ ਸਾਡੇ ਜਿਹੜੇ ਗ੍ਰੈਜੂਏਟਸ ਹੈ ਆਯੁਰਵੇਦਾ ਦੇ, ਉਹਨਾਂ ਨੂੰ ਪੋਸਟ ਗ੍ਰੈਜੂਏਟਸ ਨੂੰ ਅਲਾਓ ਕੀਤਾ, ਤਾਂ ਇਹ 58 ਸਰਜਰੀਜ਼ ਵੀ ਕਰ ਸਕਦੀ ਹੈ। ਇਹਦੀ ਬਕਾਇਦਾ ਨੋਟੀਫਿਕੇਸ਼ਨ ਹੋਈ ਹੈ, ਤਾਂ ਉਸ ਨੋਟੀਫਿਕੇਸ਼ਨ ਦੇ ਹਿਸਾਬ ਨਾਲੇ ਲੋਕਾਂ ਨੂੰ, ਨਹੀਂ ਤਾਂ ਇਹ ਹੁੰਦਾ ਵੀ ਇਹ ਡਾਕਟਰ ਆਯੁਰਵੇਦ ਨੇ ਕੀ ਸਰਜਰੀ ਕਰ ਸਕਦੇ ਹੈ, ਉਹ 58 ਸਰਜਰੀਆਂ ਦੇ ਨਾਂ ਲਿਖੇ ਹੈ ਵੀ ਇੰਨੀ ਸਰਜਰੀਆਂ ਜਿਹੜੀਆਂ ਸਾਡੇ ਡਾਕਟਰ ਕਰ ਸਕਦੇ ਹੈ। ਇਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦੇ ਰਾਈਟਸ ਕਿਆ ਹੈ, ਇੱਕ ਜਿਹੜੇ ਰਾਈਟਸ ਡਾਕਟਰ ਦੇ ਸਾਰੇ ਹੁੰਦੇ ਹੈ, ਸਾਰੇ ਰਾਈਟਸ ਹੈ, ਇਹ ਇਲਨੈਸ ਸਰਟੀਫਿਕੇਟ ਦੇ ਸਕਦੇ ਹੈ, ਫਿਟਨੈਸ ਸਰਟੀਫਿਕੇਟ ਦੇ ਸਕਦੇ ਹੈ, ਡਿਸੇਬਿਲਿਟੀ ਦਾ ਸਰਟੀਫਿਕੇਟ ਦੇ ਸਕਦੇ ਹੈ। ਉਹ ਟਾਈਮ ਟੂ ਟਾਈਮ ਹੋਰ ਵੀ ਜਿਹੜੀ ਰਿਕੁਆਇਰਮੈਂਟ ਹੈ ਸਰਟੀਫਿਕੇਟ ਦੀ ਸਰੀਰ ਨਾਲ ਲੈ ਕੇ, ਉਹ ਸਾਰੀ ਤਰ੍ਹਾਂ ਦੇ ਸਰਟੀਫਿਕੇਟ ਦੇ ਸਕਦੇ ਹੈ। ਇਹ ਆਪਣੀ ਪੜ੍ਹਾਈ ਤੋਂ ਬਾਅਦ ਜਿੰਨੀਆਂ ਵੀ ਉਹ ਟ੍ਰੇਨਿੰਗਾਂ ਕਰਨਗੇ, ਉਹ ਟ੍ਰੇਨਿੰਗ ਦੀ ਜਿਹੜੀ ਵੀ ਚੀਜ਼ ਸਿੱਖ ਕੇ ਆਉਣਗੇ ਆਥੋਰਾਈਜ਼ ਇੰਸਟੀਟਿਊਟ ਤੋਂ ਸਿੱਖ ਕੇ ਆਉਣਗੇ, ਤਾਂ ਉਸ ਟ੍ਰੇਨਿੰਗ ਦਾ ਫਾਇਦਾ ਆਪਣੀ ਪ੍ਰੈਕਟਿਸ ਕਰ ਸਕਦੇ ਹੈ। ਇਸੇ ਤਰ੍ਹਾਂ ਇਹਨਾਂ ਨੂੰ ਵੀ ਪੂਰਾ ਰਾਈਟ ਹੋਏਗਾ ਅੰਡਰ ਐਕਟ 1872 ਜਿਹੜਾ ਹੁਣ ਨਿਆਏ ਸੰਹਿਤਾ 'ਚ ਕਨਵਰਟ ਹੋ ਗਿਆ, ਤਾਂ ਇਹ ਵੀ ਐਵੀਡੈਂਸ ਦੇ ਸਕਦੇ ਹੈ, ਇਹ ਵੀ ਜਾਂਚ ਪੜਤਾਲ ਦਾ ਹਿੱਸਾ ਬਣ ਸਕਦੇ ਹੈ। ਤਾਂ ਇਸ ਤਰ੍ਹਾਂ ਦੇ ਇਹਨਾਂ ਦੇ ਬਹੁਤ ਸਾਰੇ ਹੋਰ ਵੀ ਰਾਈਟਸ ਹੈ ਜਿਹੜੇ ਕਿ ਇਹਨਾਂ ਦੇ ਕਰਿਕੁਲਮ ਔਰ ਸਿਲੇਬਸ ਤੋਂ ਬੜੇ ਕਲੀਅਰ ਹੋ ਜਾਂਦੇ ਹੈ, ਉਹ ਸਾਰੀ ਚੀਜ਼ਾਂ ਇਹ ਆਪਣੀ ਪ੍ਰੈਕਟਿਸ ਦੇ ਦੌਰਾਨ ਕਰ ਸਕਦੇ ਹੈ। ਇੰਗਲਿਸ਼ ਮੈਡੀਸਨ ਦਵਾਈ ਦੇ ਸਕਦੇ? ਦੇਖੋ ਜੀ, ਇੰਗਲਿਸ਼ ਮੈਡੀਸਨ ਦਵਾਈ ਦਾ ਇੰਨਾ ਇਹ ਹੈ ਵੀ ਸਟੇਟ ਦਾ ਆਪਣਾ ਪ੍ਰੀਵਿਊ ਹੁੰਦਾ ਹੈ, ਆਪਣਾ ਐਕਟ ਹੁੰਦਾ ਹੈ, ਅਗਰ ਉਹ ਅਲਾਓ ਕਰਦਾ ਤਾਂ ਦੇ ਸਕਦੇ ਹੈ, ਅਗਰ ਸਟੇਟ, ਕਿਉਂਕਿ ਜਿਹੜਾ ਹੈਲਥ ਹੈ ਸਟੇਟ ਸਬਜੈਕਟ ਹੈ, ਭਾਰਤ ਸਰਕਾਰ ਦੇ ਕੋਲ ਐਜੂਕੇਸ਼ਨ ਮੈਡੀਕਲ ਐਜੂਕੇਸ਼ਨ ਬਾਰੇ ਸੰਬੰਧੀ ਸਾਰੀ ਚਰਚਾ ਹੁੰਦੀ ਹੈ, ਔਰ ਜਿਹੜਾ ਹੈਲਥ ਸਰਵਿਸਿਜ਼ ਹੈ ਸਟੇਟ ਨੂੰ ਜਿਹੜੀ ਹੈਲਥ ਸਰਵਿਸ ਪ੍ਰੋਵਾਈਡ ਕਰਾਉਣੀ ਹੈ ਉਹ ਸਟੇਟ ਦਾ ਸਬਜੈਕਟ ਹੁੰਦਾ। ਜਿਵੇਂ ਮਹਾਰਾਸ਼ਟਰ 'ਚ ਬਿਲਕੁਲ ਐਲੋਪੈਥੀ ਦਵਾਈ ਦੇ ਸਕਦੇ ਹੈ, ਹਰਿਆਣੇ 'ਚ ਬਿਲਕੁਲ ਦੇ ਸਕਦੇ ਹੈ, UP 'ਚ 18 ਦਵਾਈਆਂ ਨੂੰ ਅਲਾਓ ਕੀਤਾ ਹੋਇਆ ਹੈ। ਇੱਥੇ ਵੀ ਮੈਂ ਜਿੱਥੇ ਤੱਕ ਜਾਣਦਾ ਗ੍ਰੇਵਾਲ ਮੈਡਮ ਦੇ ਟਾਈਮ ਦਾ ਇੱਕ ਬਹੁਤ ਪੁਰਾਣਾ ਜਿਹੜਾ ਹੈ ਨੋਟੀਫਿਕੇਸ਼ਨ ਹੋਇਆ ਹੋਇਆ ਹੈ, ਜਿਹਦੇ 'ਚ ਪੰਜਾਬ ਵੱਲੋਂ ਵੀ ਉਹ ਜਿਹੜਾ ਸਾਡੇ ਪ੍ਰੈਕਟੀਸ਼ਨਰ ਨੂੰ ਇਹਦੇ ਵਾਸਤੇ ਅਲਾਓ ਕੀਤਾ ਹੋਇਆ ਹੈ। ਸਰ, ਪੰਜਾਬ ਸਰਕਾਰ ਵੱਲੋਂ ਆਯੁਰਵੇਦਿਕ ਹੋਸਪਿਟਲ ਖੋਲ੍ਹ ਦਿੱਤੇ ਗਏ ਨੇ, ਪਰ ਅਸੀਂ ਗੱਲ ਕਰਦੇ ਹਾਂ ਉੱਥੇ ਡਾਕਟਰਾਂ ਦੀ ਇੰਨੀ ਵੱਡੀ ਪੱਧਰ 'ਤੇ ਘਾਟ ਹੈ, ਲੋਕ ਚਾਹੁੰਦੇ ਵੀ ਨੇ ਦਵਾਈਆਂ ਲੈ ਕੇ ਆਯੁਰਵੇਦਿਕ, ਪਰ ਉਹਦੇ ਲਈ ਕਿਉਂ ਨਹੀਂ ਸੈਂਟਰ ਸਰਕਾਰ ਵੀ ਇਹਦੇ ਲਈ ਗੰਭੀਰਤਾ ਲੈਂਦੀ, ਪੰਜਾਬ ਦੇ ਵਿੱਚ ਹੋਸਪਿਟਲਾਂ ਨੂੰ ਪ੍ਰੋਵਾਈਡ ਕਰੇ ਆਯੁਰਵੇਦਿਕ ਦਵਾਈਆਂ ਦਿੱਤੀਆਂ ਜਾਣ ਲੋਕਾਂ ਦੇ, ਜਾਣਕਾਰੀ ਬਹੁਤ ਦਿੰਦੀ। ਇਹ ਜਿਹੜਾ ਤੁਹਾਡਾ ਪ੍ਰਸ਼ਨ ਹੈ ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਨਾ ਤਾਂ ਮੈਂ ਕੇਂਦਰ ਸਰਕਾਰ ਦਾ ਅਧਿਕਾਰੀ ਹਾਂ, ਨਾ ਪੰਜਾਬ ਸਰਕਾਰ ਦਾ ਅਧਿਕਾਰੀ ਹਾਂ, ਮੈਂ ਕਮਿਸ਼ਨ 'ਚ ਇੱਕ ਪ੍ਰੈਜ਼ੀਡੈਂਟ ਹੈ। ਕਮਿਸ਼ਨ ਜਿਹੜਾ ਪਾਰਲੀਮੈਂਟ ਤੋਂ ਬਣਿਆ, ਆਟੋਨੋਮਸਲੀ ਬੋਰਡ ਹੈ, ਉਹ ਸਾਡਾ ਕੰਮ ਹੈ ਜਿਹੜੇ ਪ੍ਰਾਈਵੇਟ ਪ੍ਰੈਕਟੀਸ਼ਨਰਸ ਹੈ ਇਹਨਾਂ ਵਾਸਤੇ ਪਾਲਿਸੀਜ਼ ਬਣਾਉਣਾ, ਪ੍ਰਾਈਵੇਟ ਪ੍ਰੈਕਟੀਸ਼ਨਰ ਨੂੰ ਕਹਾਂਗਾ ਨਾ, ਜਿਨ੍ਹਾਂ ਕੋਲ ਵੀ ਸਾਡਾ ਲਾਇਸੈਂਸ ਹੈ ਉਹਨਾਂ ਵਾਸਤੇ ਪਾਲਿਸੀਜ਼ ਬਣਾਉਣਾ, ਰੈਗੂਲੇਸ਼ਨ ਬਣਾਉਣਾ, ਨੋਟੀਫਿਕੇਸ਼ਨ ਬਣਾਉਣਾ ਔਰ ਗਾਈਡਲਾਈਨ ਜਾਰੀ ਕਰਨਾ, ਇਹ ਸਾਡਾ ਕੰਮ ਹੈ। ਇਹਨਾਂ 'ਚ ਕੰਡਕਟ ਔਰ ਮਿਸਕੰਡਕਟ ਦੋਨੋਂ ਹੀ ਆ ਜਾਂਦੇ ਨੇ। ਕੰਡਕਟ ਜਿਹੜਾ ਕਰਦਾ ਹੈ ਉਹਦੇ ਵਾਸਤੇ ਕੋਈ ਸਜ਼ਾ ਪ੍ਰਾਵਧਾਨ ਨਹੀਂ, ਜੇ ਕੋਈ ਮਿਸਕੰਡਕਟ ਕਰਦਾ ਹੈ ਤਾਂ ਉਹਦੇ 'ਚ ਵੀ ਉਹਨੂੰ ਪੈਨਲਟੀ ਦਾ ਔਰ ਸਜ਼ਾਵਾਂ ਦਾ ਪ੍ਰਾਵਧਾਨ ਹੁੰਦਾ ਹੈ। ਨਾਮ ਡਾਕਟਰ ਪਰਵਿੰਦਰ ਬਜਾਜ ਔਰ ਮੈਂ ਨੈਸ਼ਨਲ ਇੰਟੈਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਪ੍ਰੈਜ਼ੀਡੈਂਟ। ਸਰ, ਅੱਜ ਪੰਜਾਬ ਸਟੇਟ ਦੀ ਮੀਟਿੰਗ ਹੋ ਰਹੀ ਹੈ, ਕਿਵੇਂ ਦੇਖਦੇ ਚੀਜ਼ਾਂ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ? ਅੱਜ ਰੈਬਰ ਇੰਸਟੀਚਿਊਟ ਆਫ ਆਯੁਰਵੈਦਿਕ ਐਂਡ ਯੂਨਾਨੀ ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ, ਇਹ ਪੰਜਾਬ ਦੀ ਐਗਜ਼ੀਕਿਊਟਿਵ ਮੀਟਿੰਗ ਹੈ ਨੈਸ਼ਨਲ ਇੰਟੈਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਦੀ।
ਐਗਜ਼ੀਕਿਊਟਿਵ ਮੀਟਿੰਗ ਹੈ, ਹਰ 3 ਮਹੀਨੇ ਬਾਅਦ ਇਹ ਪੰਜਾਬ ਦੇ ਅਲੱਗ ਅਲੱਗ ਕੋਨਿਆਂ ਦੇ ਵਿੱਚ ਮੀਟਿੰਗ ਹੁੰਦੀ ਹੈ। ਇੱਕ ਸ਼ਹਿਰ 'ਚ ਨਹੀਂ ਅਸੀਂ ਕਰਦੇ ਕਿਉਂਕਿ ਸਾਡੀਆਂ 42 ਬ੍ਰਾਂਚਿਸ ਹੈ ਪੂਰੇ ਪੰਜਾਬ 'ਚ। ਔਰ ਜਿਸ ਤਰ੍ਹਾਂ ਪਿਛਲੀ ਵਾਰੀ ਅਸੀਂ ਮਲੇਰਕੋਟਲੇ ਸੀ, ਉਸ ਤੋਂ ਪਿਛਲੀ ਵਾਰੀ ਮਾਨਸੇ ਸੀ, ਇਸ ਵਾਰੀ ਅਸੀਂ ਇੱਥੇ ਹਾਂ। ਅਗਲੇ 8 ਦਸੰਬਰ ਦੀ ਵੀ ਫਾਈਨਲ ਹੈ, ਉਹ ਅਸੀਂ ਫਾਜ਼ਿਲਕਾ 'ਚ ਹੋਵਾਂਗੇ। ਨੈਸ਼ਨਲ ਇੰਟੈਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਜਿਹੜੀ ਹੈ, ਇਹ BMS GMS ਇੰਡੀਅਨ ਸਿਸਟਮ ਆਫ ਮੈਡੀਸਨ ਦੇ ਡਾਕਟਰਸ ਦੀ ਇੱਕ ਸੰਸਥਾ ਹੈ। ਔਰ ਇਹ NIMA ਨੈਸ਼ਨਲ ਇੰਟੈਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਭਾਰਤ ਦੀ ਸਭ ਤੋਂ ਵੱਡੀ ਆਰਗਨਾਈਜੇਸ਼ਨ ਹੈ, ਜਿਹਦੇ ਨਾਲ ਕਿ ਸਭ ਤੋਂ ਜ਼ਿਆਦਾ ਇੰਡੀਅਨ ਸਿਸਟਮ ਆਫ ਮੈਡੀਸਨ ਦੇ ਡਾਕਟਰਸ ਜੁੜੇ ਹੋਏ ਹੈ। ਤੁਸੀਂ ਇੱਕ ਸਵਾਲ ਕਰ ਰਹੇ ਸੀਗੇ ਕਿ ਕਿਆ ਸਾਡੇ ਡਾਕਟਰਸ ਨੂੰ ਐਲੋਪੈਥਿਕ ਮੈਡੀਸਨ ਯੂਜ਼ ਕਰਨ ਦਾ ਅਧਿਕਾਰ ਹੈ। ਹਾਂ, ਮੈਂ ਬੜੇ ਸਪਸ਼ਟ ਤੌਰ ਦੇ ਉੱਤੇ ਕਹਿਣਾ ਚਾਹੂੰਗਾ, ਡਾਕਟਰ ਕੇਸ਼ ਸ਼ਰਮਾ ਜੀ ਨੇ ਵੀ ਤੁਹਾਨੂੰ ਦੱਸਿਆ, 1963 ਐਕਟ, ਪੰਜਾਬ ਆਯੁਰਵੈਦਿਕ ਐਂਡ ਯੂਨਾਨੀ ਐਕਟ 1963, ਸਰਲਾ ਗਰੇਵਾਲ ਦੇ ਟਾਈਮ ਦਾ ਇਹ ਐਕਟ ਬਣਿਆ ਹੋਇਆ। ਔਰ 96 ਦੇ ਵਿੱਚ 1966 'ਚ ਜਾ ਕੇ ਇਹ ਅਮੈਂਡ ਹੋਇਆ ਔਰ ਰਾਸ਼ਟਰਪਤੀ ਵੱਲੋਂ ਇਹ ਜਿਹੜਾ ਗਜ਼ਟ ਨੋਟੀਫਾਈ ਹੋਇਆ। ਇਹ ਸਾਨੂੰ ਇਹਦੀ 19D ਕਲੋਜ਼ ਸਾਨੂੰ ਇਹ ਅਧਿਕਾਰ ਦਿੰਦੀ ਹੈ ਕਿ ਜੋ ਪੜ੍ਹਾਈ ਅਸੀਂ ਪੜ੍ਹੀ ਹੈ ਉਸ ਪੜ੍ਹਾਈ ਨੂੰ, ਡਾਕਟਰ ਸਾਹਿਬ ਨੇ ਵੀ ਜਿਸ ਤਰ੍ਹਾਂ ਦੱਸਿਆ, ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਉਹਦਾ ਪ੍ਰਯੋਗ ਕਰ ਸਕਦੇ ਹਾਂ। ਔਰ ਉਹਦੇ ਮੁਤਾਬਕ ਅਸੀਂ ਆਪਣੇ ਸਿਲੇਬਸ ਦੇ ਵਿੱਚ, ਆਪਣੇ ਕਿਊਰੀਕੁਲਮ ਦੇ ਵਿੱਚ ਐਲੋਪੈਥੀ ਦੀ ਪੜ੍ਹਾਈ ਕੀਤੀ ਹੈ ਔਰ ਇਸ ਕਰਕੇ ਸਾਨੂੰ ਪੂਰਨ ਅਧਿਕਾਰ ਹੈ ਪੰਜਾਬ ਦੇ ਡਾਕਟਰਸ ਨੂੰ, BMS ਡਾਕਟਰਸ ਨੂੰ, ਕਿ ਉਹ ਐਲੋਪੈਥਿਕ ਮੈਡੀਸਨ ਯੂਜ਼ ਕਰ ਸਕਦੇ ਹਾਂ। ਔਰ ਹੁਣ ਜਿਵੇਂ ਦੱਸਿਆ, ਸਾਡੇ ਜਿਹੜੇ ਪੋਸਟ ਗ੍ਰੈਜੂਏਟ ਡਾਕਟਰਸ ਨੇ ਜਿਨ੍ਹਾਂ ਨੇ BMS ਤੋਂ ਬਾਅਦ MS ਕੀਤੀ ਹੈ ਛੱਲੇ 'ਚ ਜਾਂ ਸ਼ਲਾਕਿਆ ਦੇ ਵਿੱਚ, ਉਹ 58 ਸਰਜਰੀਜ਼ ਵੀ ਕਰ ਸਕਦੇ ਆ। ਔਰ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਡਾਕਟਰ ਕੇਸ਼ ਸ਼ਰਮਾ ਜੀ ਨੂੰ ਬੁਲਾਇਆ ਹੈ ਨੈਸ਼ਨਲ ਕਮਿਸ਼ਨ ਆਫ ਇੰਡੀਅਨ ਸਿਸਟਮ ਮੈਡੀਸਨ ਤੋਂ ਕਿ ਸਾਨੂੰ ਜਿਹੜੇ ਕ੍ਰੈਡਿਟ ਆਵਰਸ ਆ, ਕਿ ਸਾਡੀ ਰਿਨਿਊਲ ਦੁਬਾਰਾ ਤਾਂ ਹੀ ਆਉਣੀ ਹੈ ਜੇ ਸਾਲ 10 ਘੰਟੇ ਦੇ ਸਾਡੇ ਕੋਲ ਕ੍ਰੈਡਿਟ ਆਵਰਸ, ਉਹਦੇ ਬਾਰੇ ਸਾਡੇ ਡਾਕਟਰਸ ਨੂੰ ਜਾਣਕਾਰੀ ਦੇਣ। ਡਾਕਟਰ ਸੰਜੀਵ ਗੋਇਲ ਜੀ ਸਾਡੇ ਆਯੁਰਵੈਦਿਕ ਕੌਂਸਲ ਦੇ ਰਜਿਸਟਰਾਰ, ਬਹੁਤ ਦੇਰ ਤੋਂ ਚੱਲ ਰਹੇ ਨੇ ਔਰ ਬੜੇ ਐਕਸਪੀਰੀਅੰਸ ਨੇ, ਔਰ ਇਹਨਾਂ ਦਾ ਪੰਜਾਬ ਦੇ ਆਯੁਰਵੈਦਿਕ ਡਿਪਾਰਟਮੈਂਟ ਨੂੰ ਔਰ ਆਯੁਸ਼ ਡਿਪਾਰਟਮੈਂਟ ਨੂੰ ਬਹੁਤ ਦੇਣ ਹੈ ਇਹਨਾਂ ਦੇ। ਇਹ ਆਏ ਨੇ, ਇਹ ਵੀ ਸਾਡੇ ਗ੍ਰੈਜੂਏਟਸ ਨੂੰ ਐਜੂਕੇਟ ਕਰਨਗੇ ਕਿ ਰਿਨਿਊਲ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਆਮ ਤੌਰ ਦੇ ਉੱਤੇ ਅਸੀਂ ਡਿਪਾਰਟਮੈਂਟਸ 'ਚ ਜਾਂਦੇ ਹਾਂ, ਬਹੁਤ ਸਾਰੀ ਦਿੱਕਤ ਆਉਂਦੀ ਹੈ, ਲੇਕਿਨ ਡਾਕਟਰ ਸੰਜੀਵ ਗੋਇਲ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਦੇ ਉੱਥੇ ਹੁੰਦਿਆਂ ਡਿਪਾਰਟਮੈਂਟਸ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਡਾਕਟਰ ਰਵੀ ਡੂਮਰਾ ਜੀ ਆਯੁਸ਼ ਦੇ ਡਾਇਰੈਕਟਰ ਸਾਡੇ ਕੋਲ ਆਏ ਨੇ। ਇਹ ਡਿਸਪੈਂਸਰੀਜ਼ ਦੇ ਵਿੱਚ ਜਿਤਨੇ ਡਾਕਟਰ ਲੱਗੇ, ਸਾਡੇ ਡਿਸਟ੍ਰਿਕਟ ਆਯੁਰਵੈਦਿਕ ਆਫਿਸਰ ਵੀ ਬੈਠੇ ਨੇ ਇੱਥੇ, ਉਹਨਾਂ ਨੂੰ ਕੰਟਰੋਲ ਇਹ ਕਰਦੇ ਨੇ। ਔਰ ਇਹ ਜਿਹੜੀ ਤੁਸੀਂ ਗੱਲ ਪੁੱਛੀ ਸੀ ਵੀ ਹੋਸਪਿਟਲਸ ਨੂੰ ਅਪਗ੍ਰੇਡ ਕੀਤਾ ਜਾਵੇ, ਉਹਦੇ ਵਾਸਤੇ ਇਹਨਾਂ ਦਾ ਡਿਪਾਰਟਮੈਂਟ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਔਰ ਸਾਡੀ ਆਰਗਨਾਈਜੇਸ਼ਨ ਵੀ ਸਮੇਂ ਸਮੇਂ ਇਹਨਾਂ ਨੂੰ ਜਾਣੂ ਕਰਾਉਂਦੀ ਰਹਿੰਦੀ ਹੈ ਜਾਂ ਇਹਨਾਂ ਨੂੰ ਜਾਗਰੂਕ ਕਰਾਉਂਦੀ ਰਹਿੰਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਨਾ ਡਿਸਪੈਂਸਰੀਜ਼ ਦੀ ਹੋਰ ਲੋੜ ਹੈ ਜਾਂ ਸਾਡੇ ਡਾਕਟਰਸ ਵਾਸਤੇ ਹੋਰ ਵੈਕੈਂਸੀਆਂ ਕੱਢੀਆਂ ਜਾਣ। ਅਗਰ ਗੱਲ ਕਰੀਏ ਸਰ, ਦੇਖੋ ਇਹ ਜਿੰਨੀਆਂ ਵੀ ਦਵਾਈਆਂ ਹੋਸਪਿਟਲ 'ਚ ਆਉਂਦੀਆਂ ਵਾ, ਇਹਨਾਂ ਦੇ ਕੁਛ ਪੈਰਾਮੀਟਰਸ ਹੁੰਦੇ ਆ, ਉਹਨਾਂ ਪੈਰਾਮੀਟਰਸ ਨੂੰ ਕਲੀਅਰ ਕਰਨ ਤੋਂ ਬਾਅਦ ਹੀ ਇਹ ਦਵਾਈਆਂ ਹੋਸਪਿਟਲ ਦੇ ਵਿੱਚ ਜਾਂਦੀਆਂ। ਉਹ ਸਰਕਾਰ ਦਾ ਕੰਮ ਆ, ਉਹ ਸਾਡਾ ਪ੍ਰਾਈਵੇਟ ਪ੍ਰੈਕਟੀਸ਼ਨਰਸ ਦਾ ਕੰਮ ਨਹੀਂ ਹੈ। ਸਰਕਾਰ ਉਹਨਾਂ ਨੋਰਮਸ ਨੂੰ ਕਲੀਅਰ ਕਰਕੇ, ਜਿਸ ਤਰ੍ਹਾਂ ਕਿ ਇੱਕ ਹੁਣ ਇਸ ਤਰ੍ਹਾਂ ਹੈ ਕਿ ਵੀ ਜਿਹੜੀ ਵੀ ਕੋਈ ਆਯੁਰਵੈਦਿਕ ਦਵਾਈ ਹੈ ਉਹ ਆਯੁਸ਼ ਡਿਪਾਰਟਮੈਂਟ ਤੋਂ ਪਾਸ ਹੋ ਕੇ ਹੀ ਜਾਏਗੀ। ਔਰ ਉਹਦੇ ਅੱਗੇ ਕੀ ਹੁੰਦਾ ਸੀ, ਆਯੁਰਵੈਦਿਕ ਦਵਾਈ ਦੇ ਬਾਹਰ ਜੋ ਲਿਖਿਆ ਹੁੰਦਾ ਸੀ ਉਹ ਪਾਇਆ ਨਹੀਂ ਸੀ ਹੁੰਦਾ, ਜੋ ਪਾਇਆ ਹੁੰਦਾ ਸੀ ਉਹ ਲਿਖਿਆ ਨਹੀਂ ਹੁੰਦਾ, ਲੇਕਿਨ ਹੁਣ ਐਸਾ ਨਹੀਂ ਹੈ। ਹੁਣ ਇੰਡੀਆ ਦੇ ਵਿੱਚ ਘੱਟੋ ਘੱਟ 10 ਜਗ੍ਹਾ ਇਹ ਐਨਾਲਿਟੀਕਲ ਲੈਬਸ ਲੱਗ ਗਈਆਂ ਜਿਹੜੀਆਂ ਦੱਸ ਦਿੰਦੀਆਂ ਵੀ ਇਸ ਆਯੁਰਵੈਦਿਕ ਦਵਾਈ ਦੇ ਵਿੱਚ ਕੀ ਹੈ। ਔਰ ਇਸ ਕਰਕੇ ਹੁਣ ਜੋ ਪਾਇਆ ਜਾਂਦਾ ਉਹੀ ਲਿਖਿਆ ਜਾਂਦਾ ਅਤੇ ਜੋ ਲਿਖਿਆ ਜਾਂਦਾ ਉਹੀ ਪਾਇਆ ਜਾਂਦਾ।